ਕੋਰੋਨਾ ਵਾਇਰਸ ਦੇ ਡਰ ਦੇ ਕਾਰਨ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਰਫਿਊ ਲੱਗਾ ਉੱਥੇ ਮੰਡੀ ਅਹਿਮਦਗੜ੍ਹ ਦੇ ਵਿੱਚ ਵੀ ਪੂਰੀ ਤਰ੍ਹਾਂ ਕਰਫਿਊ ਲਗਾ ਗਿਆ ਅਤੇ ਪੂਰੇ ਸ਼ਹਿਰ ਨੂੰ ਸੀਲ ਕੀਤਾ ਗਿਆ ਪਰ ਪੂਰੇ ਸ਼ਹਿਰ ਤੇ ਨਜ਼ਰ ਰੱਖਣ ਦੇ ਲਈ ਪੁਲਿਸ ਨੇ ਹੁਣ ਡਰੋਨ ਕੈਮਰੇ ਦੀ ਮਦਦ ਲਈ ਹੈ ਅਤੇ ਡਰੋਨ ਕੈਮਰੇ ਦੀ ਮਦਦ ਦੇ ਨਾਲ ਹਰ ਗਲੀ ਮੁਹੱਲੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਵਿੱਚ ਸਭ ਤੋਂ ਵੱਧ ਸਹਿਯੋਗ SSP ਸੰਦੀਪ ਕਰਗ SP ਮਨਜੀਤ ਸਿੰਘ ਬਰਾੜ ਅਮਨਦੀਪ ਕੌਰ ਇੰਸਪੈਕਟਰ ਸੁਖਵੀਰ ਸਿੰਘ ਦਾ ਰਿਹਾ ਅਤੇ ਇਹਨਾਂ ਵੱਲੋਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਸ੍ਰੀ ਅਕਾਲ ਜੀ ਮੈਂ ਕਰਮਜੀਤ ਸਿੰਘ ਖੇਲਾ ਸਿਟੀ ਹੋਮ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਹਾਂਜੀ ਸਰ ਜੋ ਇਹ ਟ੍ਰੈਫਿਕ ਬੰਦ ਕੀਤੀ ਆ ਜਾਮ ਲਾਈ ਹੋਈ ਆ ਇਹ ਇਹਦੇ ਬਾਰੇ ਦੱਸੋ ਜੀ ਹਾਂਜੀ ਸਰ ਮੇਰੇ ਜ਼ਿਲ੍ਹੇ ਦੇ ਮੁਖੀ ਡਾਕਟਰ ਸਰਦਾਰ ਸੰਦੀਪ ਸਿੰਘ ਗਰਗ IPS ਸੰਗਰੂਰ SSP ਸੰਗਰੂਰ ਉਹਨਾਂ ਦੇ ਨਿਰਦੇਸ਼ ਦੇ ਹੇਠ ਮੇਰੇ ਸਰਕਲ ਡਿਵੀਜ਼ਨ DSP ਸਰਦਾਰ ਕਰਨਵੀਰ ਸਿੰਘ ਮੇਰੇ ਥਾਣੇ ਦੇ ਮੁਖੀ ਸਿਟੀ ਅਹਿਮਦਗੜ੍ਹ ਦੇ ਮੈਡਮ ਅਮਨਦੀਪ ਕੌਰ ਉਹਨਾਂ ਨੇ ਜੋ ਵੀ ਸਾਨੂੰ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਆਧਾਰ 'ਤੇ ਸਿਟੀ ਅਹਿਮਦਗੜ੍ਹ ਸਾਰਾ ਪੂਰਾ ਸੀਲ ਕੀਤਾ ਹੈ ਪ੍ਰੋਪਰ ਹੁਣ ਸਾਨੂੰ ਅਫਸਰ ਸਾਹਿਬਾਨਾਂ ਵੱਲੋਂ ਹੁਕਮ ਹੋਇਆ ਸੀ ਵੀ ਡਰੋਨ ਦੇ ਨਾਲ ਸਾਰਾ ਸ਼ਹਿਰ ਨੂੰ ਚੰਗੀ ਤਰ੍ਹਾਂ ਸੀਲ ਕੀਤਾ ਜਾਵੇ ਅੱਜ ਅਸੀਂ ਡਰੋਨ ਉੱਪਰ ਚੜਾਇਆ ਹੋਇਆ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂਗੇ ਠੀਕ ਹੈ ਨੀ ਸਾਰੇ ਸਾਡੇ ਨਾਕੇ ਗਸਤਾਂ ਪੂਰੀਆਂ ਸ਼ਹਿਰ ਵਿੱਚ ਘੁੰਮ ਰਹੀਆਂ ਨੇਗੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਬਗੈਰ ਸੀਨੀਅਰ ਅਫਸਰਾਂ ਦੇ ਹੁਕਮ ਦੇ ਪਾਸ ਦੇ ਬਿਨਾਂ ਕਿਸੇ ਨੂੰ ਬਿਲਕੁਲ ਨਹੀਂ ਲੰਘਣ ਦਿੱਤਾ ਜਾਂਦਾ ਪੂਰੀ ਅਸੀਂ ਸਖਤੀ ਵਰਤੀ ਹੋਈ ਹੈ ਪੁਲਿਸ ਪੂਰੀ ਐਨ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੀ ਹੈ ਲੋਕਾਂ ਨੂੰ ਵੀ ਮੇਰੀ ਸਿਟੀ ਅਹਿਮਦਗੜ੍ਹ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਵੀ ਸਾਨੂੰ ਪੂਰਾ ਸਹਿਯੋਗ ਦਿਓ ਔਰ ਸਾਨੂੰ ਦੇ ਵੀ ਰਹੇ ਨੇ ਸਾਰੇ ਸ਼ਹਿਰ ਵਾਸੀ ਸਹਿਯੋਗ ਠੀਕ ਹੈ ਨੀ ਫਿਰ ਵੀ ਸਾਡੀ ਸ਼ਹਿਰ ਵਾਸੀਆਂ ਨੂੰ ਪੂਰੀ ਨਿਰਮਤਾ ਸਹਿਰ ਬੇਨਤੀ ਹੈ ਵੀ ਸਾਡਾ ਪੂਰਾ ਸਹਿਯੋਗ ਦਿਓ ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਪੱਤਰਕਾਰ ਕਰਮਜੀਤ ਸਿੰਘ ਖੇਲਾ ਦੇ ਨਾਲ ਕੈਮਰਾਮੈਨ ਮੋਨੀ ਖੇਲਾ ਦੀ ਰਿਪੋਰਟ